ਹੈਲੋ ਐਵਰੀਵਨ, ਵੈਲਕਮ ਟੂ ਸਗੇਸੀਅਸ ਅਕੈਡਮੀ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਵੱਲੋਂ ਜਿਨ੍ਹਾਂ ਨੇ ਨੋਟਿਸ ਕੱਢਿਆ ਹੈ ਰਿਗਾਰਡਿੰਗ ਚੈਕਿੰਗ ਆਫ ਓਰੀਜਨਲ ਡਾਕੂਮੈਂਟ ਫੋਰ ਦੀ ਪੋਸਟ ਆਫ PGT। PGT ਦਾ ਜਿਹੜਾ ਪੇਪਰ ਲਿਆ ਗਿਆ ਸੀ 10 ਫਰਵਰੀ 2024 ਤੋਂ ਲੈ ਕੇ 13 ਫਰਵਰੀ 2024 ਤੱਕ ਇਹ ਪੇਪਰ ਲਿਆ ਗਿਆ ਸੀ। ਇਹਦੇ ਵਿੱਚ ਕੁੱਲ 98 ਪੋਸਟਾਂ ਸੀ ਲੈਕਚਰਾਰ ਦੀਆਂ ਜਿਨ੍ਹਾਂ ਦਾ ਪੇਪਰ ਲਿਆ ਗਿਆ ਸੀ। ਅਤੇ ਹੁਣ ਇਹਨਾਂ ਨੇ 3 ਗੁਣਾ ਬੱਚੇ ਯਾਨੀ ਕਿ ਕੈਂਡੀਡੇਟ ਬੁਲਾਏ ਆ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਵੈਰੀਫਿਕੇਸ਼ਨ ਹੋਣੀ ਆ, ਠੀਕ ਆ। ਅਤੇ ਜਿਨ੍ਹਾਂ ਬੱਚਿਆਂ ਦਾ ਪ੍ਰੋਵੀਜ਼ਨਲ ਮੈਰਿਟ ਲਿਸਟ ਦੇ ਵਿੱਚ ਨਾਮ ਆਇਆ, ਸਭ ਨੂੰ ਕੰਗਰੈਚੁਲੇਸ਼ਨ। ਅਤੇ ਆਪਣੇ ਓਰੀਜਨਲ ਡਾਕੂਮੈਂਟ ਤਿਆਰ ਕਰਕੇ ਤੁਸੀਂ ਲੈ ਕੇ ਜਾਣੇ ਨੇ 5 ਤਰੀਕ 7ਵਾਂ ਮਹੀਨਾ 2024 ਨੂੰ, ਕਿੱਥੇ? ਗੌਰਮੈਂਟ ਗਰਲ ਮਾਡਲ। ਇਹ ਜਿਹੜੇ ਡਾਕੂਮੈਂਟ ਨੇ ਤੁਸੀਂ ਗੌਰਮੈਂਟ ਗਰਲ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 18 ਚੰਡੀਗੜ੍ਹ ਦੇ ਵਿੱਚ ਲੈ ਕੇ ਜਾਣੇ ਨੇ। ਅਤੇ ਉੱਥੇ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਆ, ਓਰੀਜਨਲ ਡਾਕੂਮੈਂਟ ਸਾਰਿਆਂ ਨੇ ਨਾਲ ਲੈ ਕੇ ਜਾਣੇ ਨੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਔਰ ਜੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।